ਦਾ ਫਿਰ ਸਿੰਘ ਸੀ 24 ਸਾਲ ਮੁੰਡਾ ਪੜਦਾ ਸੀ ਇੱਥੇ ਕਿ ਖਾਲਸਾ ਕਾਲਜ ਉਹਦਾ ਮੁੰਡਾ ਇੰਨਾ ਭਲਾਮਾ ਸੀ ਉਹ ਤੇ ਕੁਝ ਨਹੀਂ ਕਰ ਸਕਦਾ ਉਹਦੇ ਕੰਨ ਲੜਾਈ ਵਾਲਾ ਹੈ ਇਹ ਤੇ ਇੱਕ ਉਹ ਬੱਚੇ ਆਏ ਸੀ ਆਪਸ ਵਿੱਚ ਉਹਨਾਂ ਦੀ ਕੋਈ ਬਹਿਸ ਵਸਈਆ ਹੋਇਆ ਤੇ ਜਿਹੜਾ ਹੁਣ ਤੱਕ ਪਤਾ ਲੱਗਿਆ ਵੀ ਕੋਈ ਲੜਕੀ ਦੇ ਕੋ ਫੋਟੋ ਫਾਟੋ ਦੇ ਚੱਕਰ ਦੇ ਵਿੱਚ ਹੋਇਆ ਉਹ ਫੋਟੋਆਂ ਦੀ ਕੋਈ ਡਿਲੀਟ ਲੂਟ ਕਰਨ ਦਾ ਮਸਲਾ ਸੀ ਉਹਦੇ ਕਰਕੇ ਉਹ ਫਾਇਰ ਉਹਨਾਂ ਨੇ ਕੀਤਾ ਸਿਰਫ ਤੇ ਗੱਡੀਆਂ ਲੱਗੀਆਂ ਸੀ ਕਿ ਆਵਾਜ਼ ਆਈ ਗੋਲੀਆਂ ਦੀ ਬਸ ਗੋਲੀਆਂ ਦੀ ਆਵਾਜ਼ ਆਈ ਤੇ ਆਪ ਘਬਰਾ ਗਏ ਉਹ ਮੁੰਡੇ ਇਧਰ ਭੱਜ ਗਏ ਦੂਸਰੇ ਉੱਧਰ ਭੱਜ ਗਏ ਕਿੰਨੀਆਂ ਗੋਲੀਆਂ ਚੱਲੀਆਂ ਨੇ ਜਾਂ 3 ਜਾਂ 4 ਕਹਿੰਦੇ ਨੂੰ ਗੋਲੀ ਲੱਗੀ ਬਦ ਲੈ ਕੇ ਆਏ ਆ ਆਵਾਜ਼ ਕਰਦੀ ਕੀ ਤੇ ਵੱਜੀ ਆ ਕਿਸੇ ਨੂੰ ਗੋਲੀ ਜੀ ਗੋਲੀ ਵੱਜੀ ਆ ਦੇਖੋ ਤੁਹਾਨੂੰ ਖੂਨ ਤੇ ਨਿਸ਼ਾਨ ਖਾ ਰਹੇ ਆ ਕੁਛ ਵੀ ਨਹੀਂ ਹੈ ਆਪਣਾ ਜਾਨ ਬਚਾਈ ਇਹਦੇ ਉਧਰ ਹੀ ਗੋਲੀ ਆ ਸਕਦੀ ਹੈ ਨਹੀਂ ਵਾਲੀ ਦਾ ਚੇ ਇੱਕ ਗੁਰਸਿਮਰਨਾ ਇੱਕ ਲਵਪ੍ਰੀਤ ਦੋ ਮੁੰਡੇ ਹੋਰ ਆਏ ਸੀ ਅਨ ਆਉਣ ਜਿਨ੍ਹਾਂ ਨਾਲ ਇੱਥੇ ਕੋਈ ਬਹਿਸਬਾਜ਼ੀ ਹੋਈ ਆ ਗੋਲੀ ਚੱਲੀ ਆ ਪੱਕਾ ਨਹੀਂ ਕੁਛ ਹੋ ਨਹੀਂ ਮੇਰਾ ਨਾਮ ਦਾ ਨਾਮ ਮੇਰਾ ਹਰਜੀਤ ਸਿੰਘ ਹੈ ਹਾਂਜੀ ਭਾਈ ਕੀ ਗੱਲ ਹੋਈ ਗੱਲ ਦਾ ਕੁਛ ਵੀ ਨਹੀਂ ਪਤਾ ਸਿਰਫ ਤੇ ਗੱਡੀਆਂ ਲੱਗੀਆਂ ਸੀ ਕਿ ਆਵਾਜ਼ ਆਈ ਗੋਲੀਆਂ ਦੀ ਬਸ ਗੋਲੀਆਂ ਦੀ ਆਵਾਜ਼ ਆਈ ਤੇ ਆਪ ਘਬਰਾ ਗਏ ਉਹ ਮੁੰਡੇ ਇਧਰ ਭੱਜ ਗਏ ਦੂਸਰੇ ਉੱਧਰ ਭੱਜ ਗਏ ਕਿੰਨੀਆਂ ਗੋਲੀਆਂ ਚੱਲੀਆਂ ਨੇ ਜਾਂ 3 ਜਾਂ 4 ਤੇ ਵੱਜੀ ਆ ਕਿਸੇ ਨੂੰ ਗੋਲੀ ਜੀ ਗੋਲੀ ਵੱਜੀ ਆ ਦੇਖੋ ਤੁਹਾਨੂੰ ਖੂਨ ਤੇ ਨਿਸ਼ਾਨ ਖਾ ਰਹੇ ਹਾਂਜੀ ਐਸਐਚਓ ਜੀ ਸਾਹਿਬ ਆਏ ਕਰ ਰਹੇ ਜਾਂਚ ਕਰ ਰਹੇ ਆਪਣੀ ਤੇ ਉਹਨੂੰ ਲੈ ਗਏ ਹਸਪੀਟਲ ਲੈ ਕੇ ਜੀ ਹਾਂਜੀ ਉਹ ਲੈ ਗਏ ਪਤਾ ਉਹਦਾ ਨਾਮ ਕੀ ਸੀ ਕੁਝ ਵੀ ਨਹੀਂ ਆਪਣਾ ਜਾਨ ਬਚਾਈ ਇਹਦੇ ਉਧਰ ਹੀ ਗੋਲੀ ਆ ਸਕਦੀ ਹੈ ਨਹੀਂ ਵਾਲੀ ਮੁੰਡਾ ਇੰਨਾ ਭਲਾਮਾ ਸੀ ਉਹ ਕੁਝ ਵੀ ਕਰ ਸਕਦਾ ਉਹਦੇ ਕੰਨ ਲੜਾਈ ਵਾਲਾ ਹੈ ਕਹਿੰਦੇ ਉਹਨੂੰ ਗੋਲੀ ਲਾ ਕੇ ਲੈ ਕੇ ਆਏ ਆ ਦੇਖੋ ਮਾਮਲਾ ਅਜੇ ਕੋਈ ਦੱਸਣ ਯੋਗ ਗੱਲ ਨਹੀਂ ਅਸੀਂ ਅਜੇ ਕਾਰਵਾਈ ਸ਼ੁਰੂ ਕਰ ਰਹੇ ਹਾਂ ਅਸੀਂ ਕਾਰਵਾਈ ਇਨਵੈਸਟੀਗੇਟ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਲੈਣ ਦਿਓ ਫਿਰ ਤੁਹਾਨੂੰ ਸਾਰੀ ਜਿਹੜੀ ਗੱਲ ਬਾਤ ਦੇਖੋ ਉਹਦਾ 'ਚ ਇੱਕ ਗੁਰਸਿਮਰਨ ਆ ਇੱਕ ਲਵਪ੍ਰੀਤ ਆ ਪਤਾ ਲੱਗਾ ਹੁਣ ਤੱਕ ਵੀ ਇਹ ਬਟਾਲੇ ਦੇ ਰਹਿਣ ਵਾਲੇ ਸੀ ਕੋਈ ਦੋ ਮੁੰਡੇ ਹੋਰ ਆਏ ਸੀ ਅਨ ਆਉਣ ਜਿਨ੍ਹਾਂ ਨਾਲ ਇੱਥੇ ਕੋਈ ਬਹਿਸਬਾਜ਼ੀ ਹੋਈ ਆ ਗੋਲੀ ਚੱਲੀ ਆ ਔਰ ਉਹ ਜ਼ਖਮੀ ਹੋ ਗਏ ਆ ਸੋ ਸਾਨੂੰ ਕਰ ਲੈ ਦੇਖੋ ਸਾਨੂੰ ਪਹਿਲਾਂ ਕਰ ਲੈਣ ਦਿਓ ਅਸੀਂ ਉਹਨਾਂ ਨੂੰ ਮਿਲੇ ਨਹੀਂ ਅਜੇ ਪੁੱਛ ਲੈ ਮੌਕੇ 'ਤੇ ਆਈ ਵਿਟਨੈਸ ਜਿਹੜਾ ਹੈ ਉਹਦਾ ਪ੍ਰੋਪਰ ਅਜੇ ਸਾਡੀ ਨਹੀਂ ਗੱਲਬਾਤ ਹੋਈ ਗਿਵ ਅਸ ਟਾਈਮ ਦੇਖੋ ਅਜੇ ਆਪਾਂ ਕੋਈ ਕਹਿ ਨਹੀਂ ਸਕਦੇ ਗੱਲ ਕਿਉਂਕਿ ਅਜੇ ਕੁਛ ਨਹੀਂ ਕਹਿ ਸਕਦੇ ਸਰਦਾਰ ਸਾਹਿਬ ਸਾਨੂੰ ਪਹਿਲਾਂ ਇਨਵੈਸਟੀਗੇਟ ਕਰ ਲੈਣ ਦਿਓ ਫਿਰ ਅਸੀਂ ਤੁਹਾਨੂੰ ਅਸੀਂ ਕੁਛ ਨਹੀਂ ਕਰ ਸਕਦੇ ਬਿਲਕੁਲ ਇੱਕ ਮੇਰੀ ਗੱਲ ਸੁਣੋ ਬੇਨਤੀ ਸੁਣੋ ਕੋਈ ਮਾਹੌਲ ਖਰਾਬ ਨਹੀਂ ਹੋਇਆ ਤੇ ਨਾ ਹੋਣ ਦੇਣਾ ਤੇ ਨਾ ਦੇਖੋ ਰੂਟੀਨ ਕ੍ਰਾਈਮ ਪਹਿਲਾਂ ਵੀ ਹੁੰਦਾ ਰਿਹਾ ਉਹ ਇੱਕ ਰੂਟੀਨ ਕ੍ਰਾਈਮ ਹੈ ਇਹ ਕੋਈ ਕਿਸੇ ਹੋਰ ਇਹੋ ਜਿਹੀ ਚੀਜ਼ ਨਾਲ ਰਿਲੇਟਡ ਨਹੀਂ ਹੈਗਾ ਇਹ ਤੇ ਇੱਕ ਉਹ ਬੱਚੇ ਆਏ ਸੀ ਆਪਸ ਵਿੱਚ ਉਹਨਾਂ ਦੀ ਕੋਈ ਬਹਿਸ ਵਸਈਆ ਹੋਇਆ ਤੇ ਜਿਹੜਾ ਹੁਣ ਤੱਕ ਪਤਾ ਲੱਗਿਆ ਵੀ ਕੋਈ ਲੜਕੀ ਦੇ ਕੋਈ ਫੋਟੋ ਫਾਟੋ ਦੇ ਚੱਕਰ ਦੇ ਵਿੱਚ ਹੋਇਆ ਉਹਨੇ ਬੁਲਾਏ ਉਹ ਆ ਗਏ ਉਹ ਫੋਟੋਆਂ ਦੀ ਕੋਈ ਡਿਲੀਟ ਲੂਟ ਕਰਨ ਦਾ ਮਸਲਾ ਸੀ ਉਹਦੇ ਕਰਕੇ ਉਹ ਫਾਇਰ ਉਹਨਾਂ ਨੇ ਕੀਤਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਪਰਚਾ ਦਰਜ ਕਰਨ ਜਾ ਰਹੇ ਹਾਂ ਮੌਕੇ 'ਤੇ ਸਾਰੇ CCTV ਖੰਘਾ ਰਹੇ ਹਾਂ ਅਤੇ ਸਾਰਾ ਕੁਝ ਜਿਹੜਾ ਹੈ ਐਜ਼ ਪਰ ਲਾ ਦੋ ਬੰਦੇ ਜ਼ਖਮੀ ਆ ਜੀ ਦੇਖੋ ਇੱਧਰ ਹਮਲਾਵਰ ਦੇਖੋ ਤੁਹਾਨੂੰ ਦੱਸਿਆ ਇਨੀਸ਼ੀਅਲ ਸਟੇਜ ਆ ਤੁਹਾਨੂੰ ਦੱਸ ਪੁਲਿਸ ਵੱਲੋਂ ਜੋ ਬਣਦੀ ਕਾਰਵਾਈ ਕਰੀ ਜਾ ਰਹੀ ਆ ਅਸੀਂ ਪਰਚਾ ਦਰਜ ਕਰਨ ਜਾ ਰਹੇ ਹਾਂ CCTV ਖੰਘਾ ਰਹੇ ਹਾਂ ਔਰ ਮੁਲਜ਼ਮ ਫੜ ਰਹੇ ਹਾਂ ਕਰ
ਭਲਾ ਹੋ ਭਲਾ ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਬਾਬਾ ਸਲੀਮ ਖਾਨ ਸੰਪਰਕ ਕਰੋ 9878660078 ਗੈਟ ਐਕਸ ਲਵ ਬੈਕ ਇਨ ਯੋਰ ਲਾਈਫ ਪਰੇਸ਼ਾਨੀ ਜਿਵੇਂ ਲਵ ਮੈਰਿਜ ਲਈ ਮਾਤਾ ਪਿਤਾ ਨੂੰ ਮਨਾਉਣਾ ਪ੍ਰੇਮੀ ਪ੍ਰੇਮਿਕਾ 'ਚ ਝਗੜਾ ਤਲਾਕ ਕੇਸ ਸੌਤਨ ਦੁਸ਼ਮਣ ਤੋਂ ਛੁਟਕਾਰਾ ਜ਼ਮੀਨੀ ਝਗੜਾ ਵਿਦੇਸ਼ 'ਚ ਪੱਕਾ ਹੋਣਾ ਔਲਾਦ ਸੁੱਖ ਨੌਕਰੀ ਕਾਰੋਬਾਰ 'ਚ ਰੁਕਾਵਟ ਕਰਜ਼ਾ ਮੁਕਤੀ ਮੋਹਣੀ ਵਸ਼ੀਕਰਨ ਕਰਵਾਓ ਮਨਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਂ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਨਹੀਂ ਡੁੱਟਣ ਦੇਵਾਂਗਾ ਬਾਬਾ ਸਲੀਮ ਖਾਨ 9878660078